ਚੋਣਾਂ ਨੂੰ ਲੈ ਕੇ ਸਰਗਰਮੀਆਂ ਪੰਜਾਬ ਦੇ ਵਿੱਚ ਵੱਧ ਗਈਆਂ ਤੇ ਇਸੇ ਦੌਰਾਨ ਹੀ ਆਪਾਂ ਅੱਜ ਡੇਰਾਬਸੀ ਦੇ ਇੱਕ ਪਿੰਡ ਕੂੜਾਵਾਲਾ ਦੇ ਵਿੱਚ ਇੱਥੇ ਪਹੁੰਚੇ ਹੋਏ ਹਾਂ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਇੱਥੇ ਪਿੰਡ ਕੂੜਾਵਾਲਾ ਕਿਉਂਕਿ ਬਹੁਤ ਵੱਡਾ ਇਹ ਪਿੰਡ ਹੈਗਾ ਡੇਰਾਬਸੀ ਦੇ ਨਾਲ ਹੀ ਆ ਲਗਭਗ 3-3.5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈਗਾ ਜੀ ਤੇ ਇੱਥੇ ਆਪਾਂ ਤੁਹਾਨੂੰ ਮਿਲਾਵਾਂਗੇ ਜਿਹੜੇ ਉਮੀਦਵਾਰ ਹੈ ਜਿਹੜੇ ਦਾਅਵੇਦਾਰ ਹੈਗੇ ਕਹਿ ਸਕਦੇ ਹਾਂ ਆਪਾਂ ਜਿਹੜੇ ਸਰਪੰਚੀ ਦੇ ਉਮੀਦਵਾਰ ਹੈਗੇ ਆ ਉਹਨਾਂ ਨਾਲ ਵੀ ਅੱਜ ਤੁਹਾਡੀ ਅਸੀਂ ਗੱਲ ਕਰਾਵਾਂਗੇ ਦੋਸਤੋ ਤੇ ਆਓ ਆਪਾਂ ਮਿਲਦੇ ਹਾਂ ਆਪਾਂ ਉਹਨਾਂ ਨਾਲ ਗੱਲ ਕਰਦੇ ਹੈਗੇ ਹਾਂ ਕਿ ਇੱਥੇ ਕੀ ਉਹਨਾਂ ਦੇ ਇੱਥੇ ਮੁੱਦੇ ਕੀ ਹੈਗੇ ਆ ਪਲੱਸ ਉਹ ਆਉਣ ਵਾਲੇ ਟਾਈਮ ਦੇ ਉੱਪਰ ਕੀ ਇੱਥੇ ਕੰਮ ਕਰਨਗੇ ਜਾਂ ਆਪਾਂ ਉਹਨਾਂ ਨੂੰ ਇਹ ਵੀ ਆਪਾਂ ਕਹਿ ਸਕਦੇ ਕਿ ਉਹਨਾਂ ਦਾ ਮੈਨੀਫੈਸਟੋ ਕੀ ਹੈਗਾ ਦੋਸਤੋ ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹੈਗੇ ਹਾਂ ਪਿੰਡ ਕੂੜਾਵਾਲਾ ਡੇਰਾਬਸੀ ਦੇ ਨਾਲ ਪਿੰਡ ਹੈਗਾ ਲੱਗਦਾ ਬਹੁਤ ਵਧੀਆ ਸ਼ਾਨਦਾਰ ਪਿੰਡ ਹੈਗਾ ਕਮਾਲ ਦਾ ਪਿੰਡ ਹੈਗਾ ਤੇ ਉੱਥੇ ਦੇ ਜਿਹੜੇ ਇੱਕ ਉਮੀਦਵਾਰ ਹੈਗੇ ਆ ਜਸਮੇਰ ਸਿੰਘ ਉਹਨਾਂ ਦੀ ਵਾਈਫ ਹੈਗੀ ਹੈ ਜੀ ਗੀਤਾ ਦੇਵੀ ਠੀਕ ਹੈ ਜੀ ਤੇ ਇਹ ਜਸਮੇਰ ਸਿੰਘ ਉਹਨਾਂ ਦੇ ਪਤੀ ਹੈਗੇ ਆ ਜੀ ਤੇ ਪਹਿਲਾਂ ਇਹ ਪੰਚ ਰਹਿ ਚੁੱਕੇ ਹੈਗੇ ਆ ਜਸਮੇਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਜੀ ਥੈਂਕ ਯੂ ਜੀ ਪਹਿਲਾਂ ਤਾਂ ਆਪਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਪਹਿਲਾਂ ਪੰਚਾਇਤ ਮੈਂਬਰ ਰਹੇ ਹੋ ਇਸ ਪਿੰਡ ਦੇ ਹਾਂਜੀ ਠੀਕ ਹੈ ਜੀ ਤੇ ਤੁਸੀਂ ਹੁਣ ਫਿਰ ਤੁਹਾਡੇ ਪਤਨੀ ਧਰਮ ਪਤਨੀ ਇਸ ਵਾਰੀ ਸਰਪੰਚੀ ਦਾ ਇਲੈਕਸ਼ਨ ਲੜ ਰਹੇ ਹੋ ਇਹ ਮਤਲਬ ਕੀ ਸੋਚ ਕੇ ਤੁਸੀਂ ਇਹ ਪਲਾਨ ਕੀਤਾ ਵੀ ਸਰਪੰਚੀ ਦੇ ਇਲੈਕਸ਼ਨ ਲੜੀਏ ਇਸ ਵਾਰੀ ਪਹਿਲਾਂ ਪੰਚ ਤੁਸੀਂ ਰਹੇ ਠੀਕ ਹੈ ਜੀ ਪਹਿਲਾਂ ਵੀ ਮੈਂ ਪੰਚਾਇਤ ਦੇ ਵਿੱਚ ਜੀ ਮੌਜੂਦਾ ਪੰਚਾਇਤ ਮੈਂਬਰ ਰਹਿ ਚੁੱਕਿਆ ਜੀ ਪੰਚ ਤੇ 5 ਸਾਲ ਅਸੀਂ ਪਿੰਡ ਦੀ ਬੜੀ ਸੇਵਾ ਕੀਤੀ ਬੜੀ ਡਿਵੈਲਪਮੈਂਟ ਕਰਾਈ ਹੈ ਤੇ ਆਪਣੇ ਪਿੰਡ ਦੇ ਵਿੱਚ ਪੀਣ ਦਾ ਬੜੀ ਸਮੱਸਿਆ ਸੀਗੀ ਪੀਣ ਦੀ ਪਾਣੀ ਦੀ ਪੀਣ ਦੇ ਪਾਣੀ ਦੀ ਤੇ ਬੜੀ ਸਮੱਸਿਆ ਸੀਗੀ ਜੀ ਅਸੀਂ ਪਿੰਡ ਦੇ ਸਹਿਯੋਗ ਦੇ ਨਾਲ ਤੇ ਹੋਰ ਇੰਡਸਟਰੀ ਦੇ ਸਹਿਯੋਗ ਦੇ ਨਾਲ ਆਪਾਂ ਨੇ ਪਿੰਡ ਦੇ ਵਿੱਚ ਇੱਕ ਬੋਰ ਪਿੰਡ ਵਾਸਤੇ ਕਰਵਾਇਆ ਅੱਛਾ ਜੀ ਉਹ ਬਿਨਾਂ ਗੌਰਮੈਂਟ ਤੋਂ ਅਸੀਂ ਕਰਵਾਇਆ ਠੀਕ ਹੈ ਜੀ ਤੇ ਉਸ ਤੋਂ ਪੈਸਾ ਬਹੁਤ ਲੱਗ ਜਾਂਦਾ ਜੀ ਪੈਸਾ ਜੀ ਉਸ ਟਾਈਮ ਲੱਗਿਆ 20-22 ਲੱਖ ਰੁਪਇਆ ਬੋਰ ਤੇ ਬਿਲਕੁਲ ਤੇ ਇੱਕ ਆਪਣੇ ਪਿੰਡ ਦੇ ਵਿੱਚ ਸਕੂਲ ਸੀਗਾ ਜੀ ਉਹ ਵੀ ਬੜਾ ਮਤਲਬ ਖਸਤਾ ਹਾਲਤ ਸੀਗੀ ਜੀ ਠੀਕ ਹੈ ਜੀ ਉਹਦੇ ਵਿੱਚ ਅਸੀਂ ਪ੍ਰੋਪਰ ਟਾਈਲਾਂ ਲਗਵਾਈਆਂ ਰੂਮ ਵੀ ਬਣਵਾਏ ਤੇ ਬੱਚਿਆਂ ਨੂੰ ਉਹ ਟੇਬਲ ਬੈਠਣ ਵਾਸਤੇ ਦਿੱਤੇ ਤੇ ਆਪਣਾ ਪੀਣ ਵਾਲਾ ਪਾਣੀ ਹੈ ਜਿਹੜਾ ਠੰਡਾ ਪਾਣੀ ਦੁਆਰੇ ਤੇ ਬਣਾਓ ਬਣੀ ਨੀ ਗੱਲ ਤੁਸੀਂ ਸਕੂਲ ਦੀ ਗੱਲ ਕਰ ਰਹੇ ਸੀਗੇ ਸਕੂਲ ਬਾਰੇ ਤੁਸੀਂ ਜ਼ਿਕਰ ਕਰ ਕਿਉਂਕਿ ਸਕੂਲ ਇੱਕ ਐਸੀ ਜਗ੍ਹਾ ਹੈਗੀ ਹੈ ਐਸਾ ਇੱਕ ਵਿਦਿਆ ਦਾ ਮੰਦਿਰ ਹੈਗਾ ਜਿਸ ਨੂੰ ਸਜਾਉਣਾ ਬਣਾਉਣਾ ਬਹੁਤ ਜ਼ਰੂਰੀ ਹੈਗਾ ਜੀ ਇਹਦੇ ਵਿੱਚ ਹੋਰ ਕੀ ਮਤਲਬ ਤੁਸੀਂ ਇੱਥੇ ਬੱਚਿਆਂ ਵਾਸਤੇ ਸੁਵਿਧਾਵਾਂ ਦਿੱਤੀਆਂ ਪਹਿਲਾਂ ਜਿਹੜੀ ਤੁਹਾਡਾ ਪੰਚਾਇਤ ਇੱਥੇ ਰਹੀ ਹੈ ਲੈਟ ਦੀ ਵੀ ਸਮੱਸਿਆ ਜਿੱਦਾਂ ਆਉਂਦੀ ਸੀਗੀ ਉਹਨਾਂ ਨੂੰ ਉਹਦੇ ਵਾਸਤੇ ਵੀ ਅਸੀਂ ਇਨਵੇਟਰ ਪ੍ਰੋਵਾਈਡ ਕਰਵਾਇਆ ਜੀ ਠੀਕ ਹੈ ਜੀ ਤੇ ਰੂਮ ਦੇ ਵਿੱਚ ਆਪਣਾ ਬੱਚਿਆਂ ਦੇ LCD ਵਗੈਰਾ ਉਹ ਵੀ ਲਗਵਾਈ ਤੇ ਇੱਕ ਆਪਣਾ ਝੂਲੇ ਬੱਚਿਆਂ ਨੂੰ ਜ਼ਰੂਰੀ ਸੀਗੇ ਬਿਲਕੁਲ ਉਹ ਵੀ ਲਗਵਾਏ ਜੀ ਮਤਲਬ ਕੋਈ ਵੀ ਇੱਕ ਵੀ ਕਮੀ ਨੀ ਆਪਣੇ ਸਕੂਲ ਦੇ ਵਿੱਚ ਹੁਣ ਹੈਗੀ ਅੱਛਾ ਜੀ ਤੇ ਇੰਨਾ ਵਧੀਆ ਅਸੀਂ ਬਣਵਾਇਆ ਉਹ ਵੀ ਆਪਾਂ ਨੇ ਇੰਡਸਟਰੀ ਦੇ ਸਹਿਯੋਗ ਦੇ ਨਾਲ ਬਣਵਾਇਆ ਠੀਕ ਹੈ ਜੀ ਉਹਦੇ ਵਿੱਚ ਵੀ ਮਤਲਬ ਗੌਰਮੈਂਟ ਦਾ ਕੋਈ ਪੈਸਾ ਨੀ ਅਸੀਂ ਕੰਪਨੀਆਂ ਦੇ ਸਹਿਯੋਗ ਦੇ ਨਾਲ ਆਪਾਂ ਜੇ ਪਰਲੇ ਪਾਸੇ ਦੀ ਜਦੋਂ ਤੁਹਾਡੇ ਪਿੰਡ ਦੇ ਵਿੱਚ ਐਂਟਰ ਹੋਏ ਸੀਗੇ ਉੱਥੇ ਬਹੁਤ ਵੱਡਾ ਗੁੱਗਾ ਮਾੜੀ ਈ ਮੰਦਿਰ ਬਣਿਆ ਹੋਇਆ ਉੱਥੇ ਹਾਂਜੀ ਹਾਂਜੀ ਹੈ ਨਾ ਹਾਂਜੀ ਹਾਂਜੀ ਉਹਦੇ ਵਿੱਚ ਵੀ ਕੁਛ ਮੇਰੇ ਖਿਆਲ ਯੋਗਦਾਨ ਰਿਹਾ ਹੈ ਉੱਥੇ ਜਿੱਦਾਂ ਜਿੱਦਾਂ ਵੀ ਕੋਈ ਵੀ ਮੰਦਿਰ ਬਣਦਾ ਹੈ ਜੀ ਉਹਦੇ ਵਿੱਚ ਵੀ ਕੋਈ ਵੀ ਬਣਦਾ ਹੈ ਹਾਂਜੀ ਹਾਂਜੀ ਉਹਦੇ ਵਿੱਚ ਵੀ ਅਸੀਂ ਬੜਾ ਸਹਿਯੋਗ ਕਰਵਾਇਆ ਜਿਹੜੇ ਪਿੰਡ ਦੀ ਮਤਲਬ ਉੱਥੇ ਕਮੇਟੀ ਆ ਗੁੱਗਾ ਮਾੜੀ ਕਮੇਟੀ ਹੈ ਜੀ ਉਹਨਾਂ ਨੂੰ ਬੜਾ ਸਹਿਯੋਗ ਕਰਵਾਇਆ ਆਪਾਂ ਨੇ ਜਿੱਦਾਂ ਕਿ ਆਪਣਾ ਸ਼ੈੱਡ ਦੇ ਵਿੱਚ ਵੀ ਸਹਿਯੋਗ ਕਰਵਾਇਆ ਮੰਦਿਰਾਂ ਦੇ ਵਿੱਚ ਵੀ ਸਹਿਯੋਗ ਕਰਵਾਇਆ ਰਾਧਾ ਕ੍ਰਿਸ਼ਨ ਦਾ ਮੰਦਿਰ ਬਣਿਆ ਉਹ ਸਾਡੀ ਪੰਚਾਇਤ ਦੇ ਵਿੱਚ ਹੀ ਬਣਿਆ ਠੀਕ ਹੈ ਜੀ ਤੇ ਸਰਪੰਚ ਸਾਹਿਬ ਨੇ ਉੱਥੇ ਕੰਮ ਲਗਾਇਆ ਜੀ ਤੇ ਅਸੀਂ ਇੰਡਸਟਰੀ ਤੋਂ ਕੁਛ ਪਿੰਡ ਤੋਂ ਪੂਰਾ ਸਹਿਯੋਗ ਲੈ ਕੇ ਪਿੰਡ ਤੋਂ ਤੇ ਅਸੀਂ ਰਾਧਾ ਕ੍ਰਿਸ਼ਨ ਦਾ ਮੰਦਿਰ ਵੀ ਪਿੰਡ 'ਚ ਬਣਵਾਇਆ ਤੇ ਤੁਹਾਡੀ ਧਰਮ ਪਤਨੀ ਇਲੈਕਸ਼ਨ ਲੜ ਰਹੇ ਇਸ ਵਾਰੀ ਸਾਥੀਓ ਉਹ ਪ੍ਰਚਾਰ ਦੇ ਉੱਪਰ ਗਈ ਹੋਈ ਹੈਗੀ ਹੈ ਮੈਡਮ ਤੇ ਨਹੀਂ ਤਾਂ ਅਸੀਂ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਂਦੇ ਕਿਉਂਕਿ ਸ਼ਾਮ ਦਾ ਟਾਈਮ ਹੈਗਾ
ਤੇ ਦਿਨ ਥੋੜੇ ਹੀ ਰਹਿ ਗਏ ਹੈਗੇ ਆ ਇਲੈਕਸ਼ਨ ਦੇ ਤੇ ਅਸੀਂ ਕਿ ਚਲੋ ਉਹਨਾਂ ਦੇ ਪਤੀ ਹੈਗੇ ਉਹਨਾਂ ਨਾਲ ਹੀ ਤੁਹਾਡੀ ਗੱਲਬਾਤ ਅਸੀਂ ਕਰਾ ਰਹੇ ਹਾਂ ਗੱਲਬਾਤ ਅੱਗੇ ਜਾਰੀ ਹੈਗੀ ਹੈ ਜੀ ਤੇ ਇੱਕ ਚੀਜ਼ ਹੋਰ ਦੱਸੋ ਜੀ ਜਸਮੇਰ ਜੀ ਕਿ ਮਤਲਬ ਤੁਹਾਡਾ ਕੀ ਅੱਗੇ ਪਲਾਨ ਕੀ ਹੈਗਾ ਮਤਲਬ ਕੀ ਤੁਸੀਂ ਸੋਚਿਆ ਵੀ ਪਹਿਲਾਂ ਸੋਚਿਆ ਜਿਹੜਾ ਪਹਿਲਾਂ ਪਲਾਨ ਗਿਆ ਸੀਗਾ ਕਿ ਉਹਦੇ ਵਿੱਚ ਉਹ ਕੰਮ ਨਹੀਂ ਹੋਏ ਤੁਹਾਡੇ ਦਿਮਾਗ ਦੇ ਵਿੱਚ ਮੈਂ ਜੇ ਸਰਪੰਚ ਬਣ ਗਿਆ ਜਾਂ ਤੁਹਾਡੀ ਪੰਚਾਇਤ ਬਣ ਗਈ ਇੱਥੇ ਤੇ ਕੀ ਕੁਛ ਇੱਥੇ ਹੋਰ ਤੁਸੀਂ ਕਰ ਸਕਦੇ ਹੋ ਨਵਾਂ ਕੀ ਕਰ ਸਕਦੇ ਹੋ ਨਵਾਂ ਅਸੀਂ ਪਿੰਡ ਵਾਸਤੇ ਕਰਾਂਗੇ ਜੀ ਆਪਣੇ ਪਿੰਡ ਦੇ ਵਿੱਚ ਇੱਕ ਪੈਲਸ ਬਹੁਤ ਜ਼ਰੂਰੀ ਹੈ ਠੀਕ ਹੈ ਉਹ ਮੈਂ ਪਹਿਲਾਂ ਵੀ ਲਾਂਚ ਕੀਤਾ ਹੈ ਹਾਂ ਹਾਂ ਕਿ ਮੈਂ ਆਪਣੇ ਪਿੰਡ ਦੇ ਵਿੱਚ 1 ਕਰੋੜ ਰੁਪਇਆ ਲਗਵਾ ਕੇ ਪੈਲਸ ਤਿਆਰ ਕਰਵਾਵਾਂਗਾ ਠੀਕ ਹੈ ਜੀ ਮੌਕੇ ਦੀ ਸਰਕਾਰ ਹੈ ਉਹਨਾਂ ਦਾ ਵੀ ਸਹਿਯੋਗ ਲਵਾਂਗਾ ਠੀਕ ਹੈ ਜੀ ਤੇ ਇੱਕ ਆਪਣੇ ਪਿੰਡ ਦੇ ਵਿੱਚ ਮਤਲਬ ਸਟੇਡੀਅਮ ਉਹ ਬੜੇ ਹਾਈ ਲੈਵਲ ਦਾ ਵਧੀਆ ਮਤਲਬ ਚੰਗਾ ਬਣਵਾ ਕੇ ਦੇਵਾਂਗਾ ਜੀ ਉਹ ਵੀ ਮੇਰੀ ਸੋਚ ਹੈ ਕਿ ਬੱਚੇ ਨਸ਼ਿਆਂ ਵੱਲ ਨਾ ਜਾਣ ਬਿਲਕੁਲ ਅੱਜ ਕੱਲ੍ਹ ਨਸ਼ਾ ਬੜਾ ਵਧ ਰਿਹਾ ਜੀ ਹਾਵੀ ਹੋ ਰਿਹਾ ਹੈਗਾ ਹਾਂਜੀ ਹਾਂਜੀ ਕਿਉਂਕਿ ਇਹ ਨਸ਼ੇ ਨੂੰ ਰੋਕਣ ਵਾਸਤੇ ਸ਼ਾਇਦ ਇੱਕੋ ਹੀ ਤਰੀਕਾ ਹੈਗਾ ਕਿ ਆਪਾਂ ਬੱਚਿਆਂ ਨੂੰ ਖੇਡਾਂ ਵੱਲ ਲਗਾਈਏ ਬਿਲਕੁਲ ਠੀਕ ਹੈਗੀ ਹੈ ਤੇ ਇੱਕ ਆਪਣੇ ਪਿੰਡ ਦੇ ਵਿੱਚ ਜੀ ਕੋਈ ਵੀ ਪਰਿਵਾਰ ਹੋਏਗਾ ਉਹਨਾਂ ਦੇ ਵਾਸਤੇ ਅੱਜ ਤੱਕ ਮਤਲਬ ਪਹਿਲਾਂ ਕਿਸੇ ਵੀ ਪੰਚਾਇਤ ਨੇ ਨਹੀਂ ਲਾਂਚ ਕੀਤਾ ਚਲੋ ਉਹਨਾਂ ਦੀ ਉਹ ਹੈ ਲੇਕਿਨ ਮੈਂ ਹਰ ਲੜਕੀ ਦੀ ਸਾਦੀ ਦੇ ਵਿੱਚ ਚਾਹੇ ਕੋਈ ਗਰੀਬ ਪਰਿਵਾਰ ਹੈ ਚਾਹੇ ਅਮੀਰ ਹੈ 21,000 ਰੁਪਇਆ ਸਗਨ ਸਕੀਮ ਆਪਣੇ ਵੱਲੋਂ ਦਊਂਗਾ ਵਾਹ ਜੀ ਬਹੁਤ ਅੱਛੀ ਗੱਲ ਹੈ ਤੇ ਇੱਕ ਗੱਲ ਹੋਰ ਹੈ ਕੋਈ ਵੀ ਮੇਰੇ ਪਿੰਡ ਦੇ ਵਿੱਚ ਮਤਲਬ ਕੋਈ ਇਲਾਜ ਨਹੀਂ ਕਰਵਾ ਸਕਦਾ ਬਿਮਾਰੀ ਦੇ ਪੀੜਤ ਹੈ ਉਹਦਾ ਪੂਰਾ ਇਲਾਜ ਦਾ ਖਰਚਾ ਉਹ ਵੀ ਮੈਂ ਕਰਾਵਾਂ ਅੱਛਾ ਜੀ ਜੀ ਠੀਕ ਹੈ ਹਾਂਜੀ ਤੇ ਹੋਰ ਆਪਾਂ ਜੇ ਗੱਲ ਇੱਥੇ ਪਿੰਡ ਦੀ ਗਲੀਏ ਤੇ ਸੜਕਾਂ ਵੈਸੇ ਗਲੀਆਂ ਗੁਲੀਆਂ ਤਾਂ ਵਧੀਆ ਅੱਛੀਆਂ ਹੈਗੀਆਂ ਜੀ ਠੀਕ ਠਾਕ ਇੱਥੇ ਗਲੀਆਂ ਹੈਗੀਆਂ ਤੁਹਾਡੇ ਇੱਥੇ ਜੇ ਆਪਾਂ ਬੱਸ ਸਟੈਂਡ ਦੀ ਤਰਫ ਜਾਈਏ ਬਾਹਰਲੇ ਪਾਸੇ ਜਾਈਏ ਉਹ ਪ੍ਰਵਾਸੀ ਬਹੁਤ ਲੋਕ ਉੱਥੇ ਬੱਸ ਗਏ ਹੈਗੇ ਮੇਰੇ ਕੋਲ ਡੇਰਾਬਸੀ ਨਾਲੋਂ ਜ਼ਿਆਦਾ ਇਸ ਏਰੀਏ ਦੇ ਵਿੱਚ ਰਸ਼ ਹੈਗਾ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਆਪਣੇ ਬੱਸ ਸਟੈਂਡ ਦੇ ਵਿੱਚ ਦੇਖੋ ਜੀ ਇੰਡਸਟਰੀ ਜ਼ਿਆਦਾ ਹੈ ਇੱਧਰ ਹਾਂ ਬਹੁਤ ਆਪਣੇ ਇਲਾਕੇ ਦੇ ਵੀ ਬਹੁਤ ਜ਼ਿਆਦਾ ਹੈ ਉਸ ਕਰਕੇ ਪ੍ਰਵਾਸੀ ਲੋਕ ਵਿਚਾਰੇ ਇੱਧਰ ਆਏ ਹੋਏ ਨੇ ਆਪਣੇ ਪਿੰਡਾਂ ਵਾਲਿਆਂ ਨੂੰ ਵੀ ਰੁਜ਼ਗਾਰ ਮਿਲਿਆ ਹੋਇਆ ਜਿੱਦਾਂ ਕਿ ਉਹ ਉਹਨਾਂ ਨੇ ਆਪਣੇ ਰੂਮ ਬਣਾਏ ਆ ਉਹਨਾਂ ਨੂੰ ਰੈਂਟ ਤੇ ਦਿੱਤੇ ਹੋਏ ਠੀਕ ਹੈ ਜੀ ਆਪਣੇ ਪਿੰਡ ਨੂੰ ਵੀ ਬੜਾ ਮਤਲਬ ਉਹਨਾਂ ਦਾ ਰੁਜ਼ਗਾਰ ਮਿਲਿਆ ਜੀ ਆਪਾਂ ਜੇ ਗੱਲ ਕਰੀਏ ਫਿਰ ਤੁਸੀਂ ਜ਼ਿਕਰ ਕੀਤਾ ਹੈ ਕਿ ਇੱਥੇ ਸਟੇਡੀਅਮ ਤੁਸੀਂ ਪਹਿਲਾਂ ਵੀ ਬਣਿਆ ਹੋਇਆ ਸੀਗਾ ਤੇ ਉਹਨੂੰ ਤੁਸੀਂ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਬਣਾਉਣਾ ਮਤਲਬ ਕੋਸ਼ਿਸ਼ ਕੀ ਤੁਸੀਂ ਉਹਨੂੰ ਬਣਾਉਣ ਵਾਸਤੇ ਵੀ ਤੁਹਾਡੇ ਵਿਚਾਰ ਹਨ ਕੀ ਹੈ ਕੀ ਪਲਾਨ ਹੋ ਉਹ ਪਹਿਲਾਂ ਅਸੀਂ ਪਹਿਲਾਂ ਵੀ ਗਰਾਊਂਡ ਅਸੀਂ ਤਿਆਰ ਕਰਵਾਇਆ ਸੀਗਾ ਹਾਂਜੀ ਤੇ ਇੱਥੇ ਮਤਲਬ ਆਪਣੇ ਪਿੰਡ ਦੇ ਕਾਫੀ ਬੱਚੇ ਕ੍ਰਿਕਟ ਖੇਡਦੇ ਆ ਠੀਕ ਹੈ ਜੀ ਉਹਨਾਂ ਦੇ ਵਾਸਤੇ ਉਹ ਗਰਾਊਂਡ ਛੋਟਾ ਪੈ ਰਿਹਾ ਤੇ ਮੈਂ ਚਾਹੁੰਦਾ ਕਿ 5-6 ਏਕੜ ਦੇ ਵਿੱਚ ਜਿੱਦਾਂ ਜੀਰਕਪੁਰਾ ਬਹੁਤ ਵਧੀਆ ਵਧੀਆ ਗਰਾਊਂਡ ਬਣਾਏ ਹੋਏ ਵੀ ਉਦਾਂ ਦਾ ਵਧੀਆ ਤਰੀਕੇ ਦੇ ਨਾਲ ਲਾਈਟਾਂ ਲੂਟਾਂ ਲਗਵਾ ਕੇ ਵਧੀਆ ਤਰੀਕੇ ਦੇ ਨਾਲ ਉਹਨਾਂ ਵਾਸਤੇ ਬੱਚਿਆਂ ਵਾਸਤੇ ਗਰਾਊਂਡ ਬਣਾ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਹੋਰ ਕੀ ਮਤਲਬ ਐਸੀ ਭਾਈਚਾਰਾ ਵੀ ਇੱਥੇ ਕਾਫੀ ਹੈਗਾ ਤੁਹਾਡੇ ਪਿੰਡ ਦੇ ਵਿੱਚ ਬੜਾ ਪਿਆਰ ਹੈ ਜੀ ਐਸੀ ਭਾਈਚਾਰੇ ਦੇ ਨਾਲ ਬੜਾ ਪਿਆਰ ਹੈ ਤੇ ਮੈਨੂੰ ਪਿੰਡ ਦੇ ਵਿੱਚ ਮੇਰੇ ਘਰ ਦੇ ਵਿੱਚ ਆ ਕੇ ਉਹੀ ਮੈਨੂੰ ਖੜਾ ਕਰਕੇ ਗਏ ਨੇ ਇੱਥੇ ਅੱਛਾ ਜੀ ਪਹਿਲਾਂ ਮੇਰਾ ਵਿਚਾਰ ਵੀ ਨਹੀਂ ਸੀਗਾ ਕਿ ਮੈਂ ਪਿੰਡ ਦੇ ਵਿੱਚ ਸਰਪੰਚੀ ਦਾ ਇਲੈਕਸ਼ਨ ਲੜਾਂ ਅੱਛਾ ਜੀ ਹਾਂ ਜੀ ਹਾਂ ਉਹ ਕਹਿੰਦੇ ਵੀ ਜੇ ਇਲੈਕਸ਼ਨ ਲੜਾਉਣਾ ਤਾਂ ਆਪ ਨੂੰ ਲੜਾਂ ਅੱਛਾ ਜੀ ਹਾਂ ਜੀ ਉਹ ਮੇਰੇ ਕੰਮਾਂ ਕਾਰਾਂ ਤੋਂ ਬੜੇ ਖੁਸ਼ ਨੇ ਉਹਨਾਂ ਵਾਸਤੇ ਵੀ ਕੁਛ ਤੁਸੀਂ ਅੱਗੇ ਵਧੇ ਹੋ ਜਾਂ ਕੰਮ ਪਹਿਲਾਂ ਅਸੀਂ ਉਹਨਾਂ ਦੇ ਵਾਸਤੇ ਉਹਨਾਂ ਦੀ ਡਿਮਾਂਡ ਸੀਗੀ ਉਹਨਾਂ ਮਤਲਬ ਵਿਆਹ ਸ਼ਾਦੀ ਕੋਈ ਛੋਟਾ ਫੰਕਸ਼ਨ ਕਰਨਾ ਸੀਗਾ ਨਾ ਉਹਨਾਂ ਨੂੰ ਕਿਰਾਏ ਤੇ ਜਗ੍ਹਾ ਲੈਣੀ ਪੈਂਦੀ ਸੀਗੀ ਅੱਛਾ ਜੀ ਤੇ ਹੁਣ ਫਿਰ ਅਸੀਂ ਕੀ ਕੀਤਾ ਕਿ ਅਸੀਂ ਪਿੰਡ ਦੇ ਵਿੱਚ ਉਹਨਾਂ ਦੇ ਵਾਸਤੇ 35 ਜ਼ਮੀਨ ਪਈ ਸੀਗੀ ਉਹਨਾਂ ਨੂੰ ਥੋੜਾ ਜਿਹਾ ਆਪਾਂ ਨੇ ਬਣਾ ਕੇ ਦਿੱਤਾ ਸੈੱਡ ਸੁੱਡ ਪਾ ਕੇ ਬਾਉਂਡਰੀ ਵਾਲ ਕਰਕੇ ਉਹ ਹੁਣ ਉੱਥੇ ਛੋਟਾ ਫੰਕਸ਼ਨ ਬੜੇ ਆਰਾਮ ਦੇ ਨਾਲ ਕਰ ਲੈਂਦੇ ਨੇ ਤੇ ਨਾਲੇ ਇੱਕ ਉਹਨਾਂ ਦੇ ਡਿਮਾਂਡ ਸੀਗੀ ਗੁਰਦੁਆਰੇ ਦੀ ਗੁਰਦੁਆਰਾ ਸਾਹਿਬ ਵੀ ਗੁਰਦੁਆਰਾ ਸਾਹਿਬ ਸਾਡਾ ਉਹਨਾਂ ਦਾ ਗੁਰਦੁਆਰਾ ਨਾ ਛੱਤ ਗਿਰ ਰਹੀ ਸੀਗੀ ਵੀ ਸਾਡਾ ਗੁਰਦੁਆਰਾ ਵੀ ਬਣਨਾ ਚਾਹੀਦਾ ਤੇ ਅਸੀਂ ਫਿਰ ਉਹ ਕੰਮ ਵੀ ਲਗਵਾ ਦਿੱਤਾ ਸੀਗਾ ਜੀ ਠੀਕ ਹੈ ਜੀ 150 ਕੁਇੰਟਲ ਸਰੀਆ ਦਿਲਵਾਤਾ ਜੀ ਤੇ 10 ਟਿੱਪਰ ਰੇਤੇ ਬਾਜਰੀ ਦੇ ਦਿਲਵਾਤੇ ਤੇ 1,000 ਸੀਮਟ ਦਾ ਥੇਲਾ ਦਵਾਤਾ ਵਾਹ ਜੀ ਵਾਹ ਤੇ ਉਹਨਾਂ ਦਾ ਕੰਮ ਚੱਲ ਰਿਹਾ ਤੇ ਅਸੀਂ ਗੁਰਦੁਆਰੇ ਨੂੰ ਕੰਪਲੀਟ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹ ਗੁਰੂ ਘਰ ਹੈ ਜੀ ਸਾਰੇ ਪਿੰਡ ਵਾਸਤੇ ਹੈ ਤੇ ਪਰਮਾਤਮਾ ਦਾ ਵਾਸ ਹੋਏਗਾ ਜੀ ਸਭ ਉੱਥੇ ਜਾ ਕੇ ਆਪਣਾ ਨਮਸਕਾਰ ਕਰਨਗੇ ਜੀ ਤੇ ਪਰਮਾਤਮਾ ਸਭ ਦੇ ਲਈ ਅੱਛਾ ਹੀ ਕਰਨਗੇ ਜੀ ਤੇ ਚਲੋ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਕਿਉਂਕਿ ਇਹ ਸਮਾਂ 1-1 ਮਿੰਟ ਬੜਾ ਹੀ ਕਰੂਸ਼ੀਅਲ ਹੈਗਾ ਜੀ ਇਹ ਤੇ ਇਹ ਪ੍ਰਚਾਰ ਤੁਸੀਂ ਕਰ ਰਹੇ ਸੀਗੇ ਡੋਰ ਟੂ ਡੋਰ ਜਾ ਰਹੇ ਸੀਗੇ
कुछ मिनट तुसी साडे वास्ते कढ़े जी, तुहाडा बहुत बहुत धन्यवाद। थैंक यू।